ਇਹ ਇਹ ਉਹ ਜਗ੍ਹਾ ਹੈ ਜਿਵੇਂ ਕਿ ਆਪ ਦੇਖ ਸਕਤੇ ਹੈਗੇ ਭਾਈ ਮੇਰਾ ਬੱਚਾ ਸਕੂਲੋਂ ਆਇਆ ਹੈ ਮੈਂ ਕਿਹਾ ਬੱਚੇ ਇਹ ਬੱਕੜੀਆਂ ਨੂੰ ਪੱਠੇ ਪਾ ਕੇ ਆ ਤੇ ਪਾਣੀ ਪਲਾ ਕੇ ਆ ਕਹਿੰਦਾ ਛਾ ਮਾਮਾ ਜੀ ਮੈਂ ਖਾਣਾ ਬਣਾਇਆ ਹੈ 2:30 ਵਜੇ ਦਾ ਖਾਣਾ ਬਣਾਇਆ ਦੁਪਹਿਰ ਦਾ ਲੀਟ ਹੀ ਖਾਂਦੇ ਨੇ ਈਸ਼ਾਨ ਨੂੰ ਮੈਂ ਕਿਹਾ ਪਤਾ ਨਹੀਂ ਈਸ਼ਾਨ ਆਇਆ ਨਹੀਂ ਤੇ ਸ਼ਾਇਦ ਜਾਂਦੀ ਲੁੱਟਣ ਗਿਆ ਅੱਗੇ ਵੀ ਜਾਂਦਾ ਤੇ ਕੋਈ ਨਹੀਂ ਆ ਜਾਂਦਾ ਘਰ ਇਹਦਾ ਬੱਚੇ ਨੇ ਖਾਣਾ ਨਹੀਂ ਖਾਦਾ ਮੈਂ ਸ਼ਾਮ ਨੂੰ ਜਲਦੀ ਖਾਣਾ ਬਣਾ ਲਿਆ ਮੈਂ ਬਰੀਆਨੀ ਬਣਾਈ ਆਪਣੇ ਬੱਚੇ ਵਾਸਤੇ ਮੈਂ ਕਿਹਾਂ ਦੇ ਨਹੀਂ ਤੇ ਖਾਣੇ ਆ मैं क्या बताया मेरे क्यों परेशानी मेरा बच्चा नहीं बसमिल्ल अस्सलाम वालेकुम नाज़रीन आप देख रहे हैं आर एन एन डिजिटल मीडिया और मैं हूँ आपका मेज़बान सलमान मुगल नाजीन इस टाइम मैं मौजूद हूँ सियालकोट के सरहदी गांव सालेपुर में जहाँ पे नाखुशगवार वाकया पेश आया है ये वाकया कह सकते हैं कि बहुत जुल्म हुआ है एक ग्यारह साल के फूल को बड़ी बेदर्दी के साथ मसल दिया गया बच्चा स्कूल से घर आता है और घर आने के बाद वो बाहर खेलने के लिए जाता है या कोई काम क्या काम करने के लिए जाता है ये उन मेरे साथ मौजूद हैं उनके दादा बच्चे के और बच्चे की वालदा आइए उनसे इसके पीछे के हर बच्चे की वालदा से जाना चाहूँगा कि वो किस तरह वो ये वाक़ पेश आया ज़रा इसकी डिटेल बताइएगा जी अमालकम वाईक सिस्टर की ना है तो भाई मेरा नाम सोबिया अच्छा सिस्टम मैनु ए द सीओ के किस तरह वाकया पेश आया बच्चे बच्चे नु किस तरह कत्ल कीता गया ਤੁਹਾਡੀ ਕਿਸੇ ਨਾ ਕੋਈ ਦੁਸ਼ਮਨੀ ਵਗੈਰਾ ਤੇ ਨਹੀਂ ਨਹੀਂ ਭਾਈ ਕੋਈ ਦੁਸ਼ਮਨੀ ਨਹੀਂ ਵੇਦੀ ਕਿਸੇ ਨਾਲ ਭਾਈ ਇਹ ਬੱਚੇ ਦੀ ਤੇ ਨਹੀਂ ਹੋ ਸਕਦੀ 11 ਸਾਲ ਦਾ ਇੱਕ ਛੋਟਾ ਬੱਚਾ ਸੀ ਕਿਸੇ ਵੱਡੇ ਦੀ ਤੁਹਾਡੇ ਮੀਆਂ ਦੀਆਂ ਤੁਹਾਡੇ ਨਾਲ ਦੇ ਵਾਲਦ ਦੀ ਕੋਈ ਦੁਸ਼ਮਨੀ ਹੋਏ ਨਹੀਂ ਭਾਈ ਕੋਈ ਦੁਸ਼ਮਨੀ ਨਹੀਂ ਕੋਈ ਦੁਸ਼ਮਨੀ ਕਿਸੇ ਨਾਲ ਨਹੀਂ ਭਾਈ ਹਨੂ ਪਤਾ ਹੀ ਨਹੀਂ ਕਿਹੜਾ ਕਾਫਰ ਕਿਹੜਾ ਜ਼ਾਲਮ ਇਹਨੇ ਬੱਚੇ ਦਾ ਜ਼ੁਲਮ ਕਿਨੇ ਕੀਤਾ ਮੇਰੇ ਬੱਚੇ ਨਾਲ ਬੜਾ ਜ਼ੁਲਮ ਹੋਇਆ ਭਾਈ ਮੈਂ ਸਾਫ ਚਾਹੀਦਾ ਭਾਈ ਮੇਰਾ ਬੱਚਾ ਸਕੂਲੋਂ ਆਇਆ ਹੈ ਪੋਣੇ ਇੱਕ ਸਾਢੇ ਪੋਣੇ ਇੱਕ ਡੇਢ ਦਾ ਟਾਈਮ ਮੇਰਾ ਬੱਚਾ ਸਕੂਲੋਂ ਆਇਆ ਹੈ ਮੇਰੀ ਬਾਜੀ ਦੇ ਕੋਲ ਪਰਦਾ ਹੈ ਨਾਲ ਹੀ ਸਕੂਲ ਹੈ ਨਾਨ ਫਾਰਮਲ ਬੇਸਿਕ ਸਕੂਲ ਹੈ ਭਾਈ ਗਰੀਬਾਂ ਦਾ ਬੱਚੇ ਦਾ ਸਕੂਲ ਹੈ ਬੱਚਾ ਸਕੂਲੋਂ ਆਇਆ ਭਾਈ ਆ ਕੇ ਨੇ ਮੈਂ ਬੱਕਰੀਆਂ ਰੱਖੀਆਂ ਨੇ ਦੋ ਛੋਟੀਆਂ ਜੀਆਂ ਮੈਂ ਕਹ ਬੱਚੇ ਇਹ ਬੱਕਰੀਆਂ ਨੂੰ ਪੱਠੇ ਪਾ ਕੇ ਆ ਤੇ ਪਾਣੀ ਪਿਲਾ ਕੇ ਆ ਕਹਿੰਦਾ ਅਛਾ ਮਾਮਾ ਜੀ ਪਾ ਕੇ ਆ ਨਾ ਬੱਚੇ ਦਾ ਕੀ ਨਾਮ ਸੀ ਅਲੀ ਸ਼ਾਨ ਮੇਰੇ ਬੱਚੇ ਦਾ ਨਾਮ ਅਲੀ ਸ਼ਾਨ ਜੀ ਅਲੀ ਸ਼ਾਨ ਬੱਚੇ ਨੇ ਬੱਕਰੀਆਂ ਨੂੰ ਪੱਠੇ ਵਗੈਰਾ ਪਾਏ ਨੇ ਆ ਕੇ ਬੱਚੇ ਨੇ ਯੂਨੀਫਾਰਮ ਚੇਂਜ ਕੀਤਾ ਏ ਬੱਚਾ ਬਾਹਰ ਚਲਾ ਗਿਆ ਖੇਲਣ ਮੈਂ ਖਾਣਾ ਬਣਾਇਆ ਦੋ ਟਾਈ ਵਜੇ ਨਾਲ ਖਾਣਾ ਬਣਾਇਆ ਦੁਪਹਿਰ ਦਾ ਲੇਟ ਹੀ ਖਾਂਦੇ ਨੇ ਮੈਂ ਕਿਹਾ ਵੱਡਾ ਬੱਚਾ ਆ ਜਾਂਦਾ ਤੀਨ ਵਜੇ ਨਾਲ ਤੇ ਫਿਰ ਇਕੱਠੇ ਬੈ ਕੇ ਖਾਂਦੇ ਨੇ ਤੇ ਲੇਟ ਹੀ ਬਣਾਨੀ ਆ ਤੇ ਬੱਚਾ ਮੇਰਾ ਭਾਈ ਬਾਹਰ ਚਲਾ ਗਿਆ ਤੀਨ ਸਾਢੇ ਤੀਨ ਵਜੇ ਨਾਲ ਕਹਿੰਦੇ ਮੈਂ ਤਿੰਨ ਟਾਈ ਦਿਨ ਦਾ ਟਾਈਮ ਸੀ ਬੱਚਾ ਖੇਲਦਾ ਪਿਆ ਮੈਂ ਪੁੱਛਿਆ ਕਿ ਬੱਚਾ ਮੇਰਾ ਕਿੱਥੇ ਹੈ ਮੈਂ ਕਹ ਬੱਚਿਆ ਲਿਸ਼ਾਨ ਆਜੇ ਜਾਂ ਜਾਂਜਣਾ ਲੁੱਟਾਂ ਜਾਈ ਬੱਚਿਆ ਤੂੰ ਕੱਲ ਵੀ ਨਹੀਂ ਪੜਨ ਗਿਆ ਤੈਨੂੰ ਡਾਂਟ ਪੈਣੀ ਬੜੀ ਮਾਮਾ ਜੀ ਅੱਛਾ ਬਾਹਰ ਹੀ ਚਲਾ ਗਿਆ ਬੱਚਾ ਮੇਰਾ ਖਾਣਾ ਬਣਾ ਕੇ ਭਾਈ ਮੈਂ ਖਾਦਾ ਹੀ ਸੀ ਇਹ ਦੁਪਹਿਰ ਦਾ ਤੇ ਸ਼ਾਮ ਨੂੰ ਮੈਂ ਕਿਹਾ ਪਤਾ ਨਹੀਂ ਅਲੀਸ਼ਾਨ ਆਇਆ ਨਹੀਂ ਤੇ ਸ਼ਾਇਦ ਜਾਂਜੀ ਲੁੱਟਣ ਗਿਆ ਅੱਗੇ ਵੀ ਜਾਂਦਾ ਤੇ ਕੋਈ ਨਹੀਂ ਆ ਜਾਂਦਾ ਘਰ ਤੇ ਮੈਂ ਕਿਹਾ ਸ਼ਾਇਦ ਨਾ ਮਗਰਬ ਦਾ ਟਾਈਮ ਹੋਇਆ ਤੇ ਬੱਚਾ ਚਲਾ ਗਿਆ ਨਾ ਪੜਨ ਮੈਂ ਕਹ ਕੋਲੀ ਮਸਜਿਦ ਹੈ ਭਾਈ ਮਗਰਬ ਟਾਈਮ ਜਾਂਦਾ ਪਰੰਤੇ ਸ਼ਾਹਵਲੀ ਆਂਦਾ ਤੇ ਵੱਡਾ ਭਾਈ ਪੁੱਤਰ ਹੈ ਮੇਰਾ ਅਬਦੁਰਹਿਮਾਨ ਤੇ ਮੈਂ ਕਹਾ ਛੋਟੇ ਅਬਦੁਰਹਿਮਾਨ ਨਹੀਂ ਆਇਆ ਬੱਚੇ ਅਲੀਸ਼ਾਨ ਨਹੀਂ ਆਇਆ ਅਬਦੁਰਹਿਮਾਨ ਕਹਿੰਦੇ ਮਾਮਾ ਜੀ ਅਲੀਸ਼ਾਨ ਪਰਣ ਨਹੀਂ ਆਇਆ ਮੈਂ ਬੜੀ ਪਰੇਸ਼ਾਨ ਹਾਂ ਮੈਂ ਕਹਾ ਕਾਕਾ ਵੇਖ ਨਹੀਂ ਗੋਣਾ ਕਹਿੰਦੇ ਮਾਮਾ ਜੀ ਨਹੀਂ ਅਲੀਸ਼ਾਨ ਨਹੀਂ ਆਇਆ ਮੈਂ ਭਾਈ ਦੁਪਹਿਰ ਦਾ ਬੱਚੇ ਨੇ ਖਾਣਾ ਨਹੀਂ ਖਾਦਾ ਮੈਂ ਸ਼ਾਮ ਨੂੰ ਜਲਦੀ ਖਾਣਾ ਬਣਾ ਲਿਆ ਮੈਂ ਬਰੀਆਨੀ ਬਣਾਈ ਆਪਣੇ ਬੱਚੇ ਵਾਸਤੇ ਮੈਂ ਕਹਾਂਦੇ ਨਹੀਂ ਤੇ ਖਾਣੇ ਆ ਮੈਂ ਭਾਈ ਬਰੀਆਨੀ ਬਣਾਈ ਹੈ ਬੱਚਿਆਂ ਨੇ ਮੈਂ ਕਿਆ ਲਿਸ਼ਾਨ ਆਂਦਾ ਤੇ ਫਿਰ ਖਾਨੇ ਆ ਖਾਣਾ ਮੈਂ ਮਗਰਬ ਤੋਂ ਪਹਿਲੇ ਬਣਾ ਲਿਆ ਬੱਚੇ ਰੋਂਦੇ ਨੇ ਬੱਚੀਆਂ ਮੇਰੀਆਂ ਮਾਮਾ ਜੀ ਸਾਨੂੰ ਤੇ ਖਾਣਾ ਦੇ ਦਿਓ ਸਾਨੂੰ ਭੁੱਖ ਲੱਗੀ ਹੈ ਮੈਂ ਬੱਚਿਆਂ ਨੂੰ ਦਿੱਤਾ ਖਾਣਾ ਮੈਂ ਦੋ ਨਵਾਲੇ ਲਗਾਏ ਨੇ ਭਾਈ ਮੇਰੇ ਨੀਚੇ ਹੀ ਨਹੀਂ ਗਏ ਮੈਂ ਕਿਆ ਪਤਾ ਨਹੀਂ ਮੈਨੂੰ ਕਿਉਂ ਪਰੇਸ਼ਾਨੀ ਹੈ ਤੇ ਮੈਂ ਚਲ ਲਿਸ਼ਾਨ ਆਂਦਾ ਤੇ ਅਸੀਂ ਦੋਵੇਂ ਖਾ ਲੈਨੇ ਆ ਮੈਂ ਥੋੜਾ ਜਿਨਾ ਖਾਦਾ ਥੋੜਾ ਜਿਹਾ ਖਾਣਾ ਤੇ ਬਾਕੀ ਮੈਂ ਨਾ ਮੈਂ ਰਹਿਣ ਦਿੱਤਾ ਮੈਂ ਕਿਆ ਆਂਦਾ ਲਿਸ਼ਾਨ ਤੇ ਫਿਰ ਖਾਨੇ ਆ ਗਾਣਾ ਤੇ ਭਾਈ ਮੇਰਾ ਬੱਚਾ ਹੀ ਨਹੀਂ ਆਇਆ ਕੋਈ ਕਿਸੇ ਜ਼ਾਲਮ ਨੇ ਬੱਚੇ ਦਾ ਸਰਪ ਕੀਤਾ ਕਿਸੇ ਜ਼ਾਲਮ ਨੇ ਕਾਫਰ ਨੇ ਮੇਰੇ ਬੱਚੇ ਨੂੰ ਮਾਰ ਦਿੱਤਾ ਭਾਈ ਉਹ ਇਨਸਾਨ ਨਹੀਂ ਉਹ ਹਿਵਾਨ ਹੈ ਭਾਈ ਉਹ ਕਾਫਰ ਹੈ ਕਿਉਂਕਿ ਮੁਸਲਮਾਨਾਂ ਦੇ ਦਿਲ 'ਚ ਰਹਿਮ ਹੁੰਦਾ ਹੈ ਨਹੀਂ ਜ਼ਾਹਿਰ ਕੋਈ ਦਰਿੰਦਾ ਸਿਫਤ ਇਨਸਾਨ ਹੋਏਗਾ ਜਿੰਨੇ ਇੱਕ ਛੋਟੇ ਜਿਹੇ ਫੁੱਲ ਨੂੰ ਮਸਲ ਦਿੱਤਾ ਤੇ ਬੱਚੇ ਦੀ ਲਾਸ਼ ਕਿਸ ਤਰ੍ਹਾਂ ਮਿਲੀ ਤੁਸੀਂ ਉਹਨਾਂ ਤੇ ਦੱਸ দাও ਬੱਚੇ ਦੀ ਲਾਸ਼ ਭਾਈ ਅਪਨੇ ਹੀ ਘਰ ਹੈ ਬੱਚੇ ਦੀ ਲਾਸ਼ ਭਾਈ ਉਹਦੇ ਬਾਬਾ ਆਏ ਨੇ ਬੱਚੇ ਦੇ ਖਾਣਾ ਖਾਧਾ ਹੈ ਉਹਨਾਂ ਨੇ ਮੈਂ ਆਪਣੀ ਬਾਜੀ ਘਰ ਗਈਆਂ ਮੈਂ ਕਾਲੀ ਸ਼ਾਨ ਨਹੀਂ ਆਇਆ ਕਹਿੰਦੀ ਹੈ ਜਾਂਝ ਲੁੱਟਣ ਗਿਆ ਹੋਣਾ ਪਿਆਈਆਂ ਦਾ ਕੋਈ ਨਹੀਂ ਅੱਗੇ ਵੀ ਆ ਜਾਂਦਾ ਏ ਤੇ ਭਾਈ ਮੈਂ ਘਰ ਆਈਆਂ ਉਹਦੇ ਬਾਬਾ ਨਾਲ ਦੇ ਭਾਈ ਨੇ ਉਹਨਾਂ ਦੇ ਘਰ ਗਏ ਨੇ ਕਿਨੇ ਤੁਹਾਡੇ ਮੀਆਂ ਮੇਰੇ ਮੀਆਂ ਹਾਂਜੀ ਉਹਨਾਂ ਦੇ ਘਰ ਖਾਣਾ ਵਗੈਰਾ ਖਾ ਕੇ ਗਏ ਨੇ ਤੇ ਮੈਂ ਸਾਹਮਣੇ ਅੰਦਰ ਬੈਠੀ ਆਂ ਤੇ ਆਏ ਨੇ ਤੇ ਯਕਦਾਮ ਨਾਲ ਸਿੱਧਾ ਹੀ ਗਏ ਨੇ ਤੇ ਰੋਂਦੇ ਆਨੇ ਮੈਂ ਕਿਹਾ ਬੱਚਾ ਪੜਾ ਨਹੀਂ ਨਾ ਗਿਆ ਤੇ ਉਹਨੂੰ ਮਾਰ ਕੇ ਤੇ ਲਾਡ ਲਾਉਂਦੇ ਪਏ ਨੇ ਤੇ ਰੋਂਦੇ ਆਂਦੇ ਪਏ ਨੇ ਤੇ ਮੈਂ ਕਿਹਾ ਹੱਸਦੇ ਪਏ ਨੇ ਤੇ ਮੈਂ ਜਦੋਂ ਬਾਈ ਇੱਥੇ ਪਹੁੰਚੇ ਨੇ ਮੈਂ ਆਪਣਾ ਬੱਚਾ ਵੇਖਿਆ ਮੇਰੇ ਬੱਚੇ ਦੀ ਸੁਬਾਹ ਨਾਲ ਬਾਰੇ ਬਾਈ بڑے ਬੱਚੇ ਦੇ ਥਰੂ ਆਂਦੇ ਪਏ ਨੇ ਮੈਂ ਸਾਫ਼ ਕੀਤਾ ਆਪਣੇ ਦੁਪੱਟੇ ਨਾਲ ਬੱਚਾ ਮੈਂ ਆਪਣੇ ਬੱਚੇ ਨੂੰ ਸੀਨੇ ਨਾਲ ਲਾਇਆ ਚੁੰਮਿਆ ਚਟਿਆ ਆਪਣੇ ਬੱਚੇ ਨੂੰ ਬਾਈ ਮੈਂ ਕਦੇ ਸੋਚਿਆ ਵੀ ਨਹੀਂ ਕਿ ਮੇਰੇ ਤੇ ਅੱਡੀ ਬੱਟੀ ਕਿਆਮਤ ਆਈ ਜਾਣੀ ਹੈ ਮੈਂ ਕਦੇ ਨਹੀਂ ਸੋਚਿਆ ਤੁਸੀਂ ਮਸਲ ਕੇ ਬੱਚੇ ਨੂੰ ਕਿਸ ਤਰ੍ਹਾਂ ਕਤਲ ਕੀਤਾ ਗਿਆ ਉਹਦਾ ਗੱਲੇ ਦੇ ਵਿੱਚ ਕੀ ਬਾਈ ਉਹਦੇ ਮੇਰੇ ਬੱਚੇ ਨੂੰ ਬੜਾਈ ਜ਼ੁਲਾ ਮੇਰੇ ਬੱਚੇ ਨਾਲ ਹੋਇਆ ਮੇਰੇ ਬੱਚੇ ਨੂੰ ਨਾਲ ਆਹ ਤੇ ਆਹੀ ਕਿ ਇੱਕ ਬੱਚਾ ਐਸੇ ਡਗੋ ਦੇ ਬਾਬਾ ਨੇ ਉਠਾ ਕੇ ਲਿਆਂਦਾ ਫਿਰ ਕਾਰ ਆ ਕੇ ਵੇਖਿਆ ਬੱਚੇ ਦੇ ਗਲੇ ਤੇ ਕੋਈ ਚੀਜ਼ ਫੇਰੀ ਦੀ ਹੈ ਸ਼ਾਇਦ ਰੱਸੀ ਜੋ ਵੀ ਲਾ ਲਓ ਭਾਈ ਉਹਦਾ ਗਲਾ ਕੋਟੇ ਆ ਗਿਆ ਬੱਚੇ ਦੀ ਜ਼ੁਬਾਨ ਇੱਥੋਂ ਤੱਕ ਬਾਹਰ ਆਈ ਹੈ ਮੇਰੇ ਬੱਚੇ ਦੀ ਭਾਈ ਉਹਦੇ ਬਾਬਾ ਨੇ ਉਠਾ ਕੇ ਲਿਆਂਦਾ ਬਾਹਰ ਇਹ ਇੱਥੇ ਕੋਲੀ ਜਿੱਥੋਂ ਉਹਦੀ ਡੈੱਡ ਬੋਡੀ ਮਿਲੀ ਉਹਦੀ ਲਾਡ ਭਾਈ ਹਾਡਾ ਕਾਰ ਹੈ ਮੇਰੇ ਦੇਵਰ ਦਾ ਬਾਹਰ ਹੀ ਖਾਲੀ ਹੁੰਦਾ ਏ ਉਹਦੇ ਨਾਲ ਹੀ ਬਾਹਰ ਕਿਸੇ ਕੋਈ ਸੁੱਟ ਗਿਆ ਭਾਈ ਉੱਥੇ ਤੁਸੀਂ ਅ ਜਿਹੜਾ ਨਾ ਹਕੂਮਤ ਨੂੰ ਕੀ ਕਹਿਣਾ ਚਾਹੋਗੇ ਕਾਮੇਬਾਲਾ ਨੂੰ ਕਿ ਕੀ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਤਾਵਨ ਕੀਤਾ ਜਾਵੇ ਮੈਂ ਉਹਨਾਂ ਨੂੰ ਕਹਿਣੀ ਮੇਰੇ ਕੀ ਭਾਈਆਂਗੇ ਬਹੁਤ ਵੱਡੀ ਗੁਜ਼ਾਰਿਸ਼ ਹੈ ਅਗਰ ਆਪਣੀ ਛੋਟੀ ਭੈਣ ਨੂੰ ਇਨਸਾਫ ਦਿਲਾਣਾ ਚਾਹੁੰਦੇ ਨੇ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਭਾਈ ਆ ਮੇਰੀ ਕੁੱਲੀ ਐ ਛੋਟੀ ਜੀ ਭਾਈ ਮੈਨੂੰ ਐ ਵੀ ਵੇਚਣੀ ਭਾਈ ਮੈਨੂੰ ਆਪਣੀ ਜਾਨ ਵੀ ਦੇਣੀ ਪਈ ਮੈਂ ਹਾਂ ਜਨਾ ਮੇਰੇ ਬੱਚੇ ਦਾ ਇਨਸਾਫ ਚਾਹੀਦਾ ਭਾਈ ਕਿਉਂਕਿ ਉਹ ਜ਼ਾਲਮ ਫੇਰ ਵੱਧ ਜੇਗਾ ਨੂੰ ਮੈਨੂੰ ਇਨਸਾਫ ਚਾਹੀਦਾ ਉਹ ਕਾਫਰ ਚਾਹੀਦਾ ਜੇ ਮੇਰਾ ਇੱਕ ਗਿਆ ਨਾ ਤੇ ਉਹਦੇ ਜਿੰਨੇ ਵੀ ਐ ਨੇ ਤੜਫਦੇ ਇੱਥੇ ਆਣ ਤੇ ਮੈਂ ਆਪਣੇ ਹੱਥਾਂ ਦੇ ਨਾਲ ਮਾਰਾਂ ਨਾ ਨੂੰ ਭਾਈ ਮੇਰੇ ਬੱਚੇ ਨਾ ਬਣਾ ਸੁਨਮ ਹੋਇਆ ਮੇਰੀ ਚੋੜੀ ਨਿਖੜ ਗਈ ਹੈ ਮੇਰੇ ਤਿੰਨ ਬੇਟੇ ਹੀ ਤੇ ਦੋ ਬੇਟੀਆਂ ਹੂੰ ਮੇਰੇ ਦੋ ਬੇਟੇ ਰਹਿ ਗਏ ਨੇ ਮੇਰਾ ਸ਼ੇਰ ਜਵਾਨ ਚਲਾ ਗਿਆ ਬਾਈ 11 ਸਾਲ ਦਾ ਹੀ ਬਾਨ ਸਭ ਤੋਂ ਵੱਡਾ ਸੀ ਨਹੀਂ ਬਾਈ ਇੱਕ ਮੇਰਾ ਬੇਟਾ 1 ਸਾਲ 3 ਮਾਹ ਵੱਡਾ ਹੈ 12ਵੇਂ ਸਾਲ ਲਗਾਈ ਹੂੰ ਮਾਸ਼ਾਅੱਲਾ 13ਵੇਂ ਲਗਾਇਆ ਬਾਈ अच्छा ए 12वें साल लगा जरा अली शान कत्ल हो गया माशाल्लाह हो गया ही 8 मां 8वें महीने दी पहली तारीख नु माशाल्लाह पूरे 11 साल दा हो गया ही भाई जी नाजन ये एक माँ की दुहाइयाँ थी कि उनका एक फूल जैसा बच्चा बड़ी बेदर्दी से कत्ल कर दिया गया और उनके दादा भी हमारे साथ मौजूद हैं ये उनसे जानते हैं कि आपकी किसी के साथ कोई दुश्मनी वगैरह तो नहीं थी जी अलैक्म जी की ना आज मम जी ਅੱਛਾ ਰਫੀਕ ਸਾਹਿਬ ਮੈਨੂੰ ਇਹ ਦੱਸਿਓ ਕਿ ਤੁਹਾਡੀ ਕਦੇ ਕਿਸੇ ਨਾਲ ਦੁਸ਼ਮਣੀ ਹੈ ਤੁਹਾਡੇ ਬੇਟੇ ਦੀ ਕੋਈ ਦੁਸ਼ਮਣੀ ਕਿਉਂਕਿ ਐਡਾ ਵੱਡਾ ਕਦਮ ਕਿਸ ਤਰ੍ਹਾਂ ਕੋਈ ਬੰਦਾ ਚੁੱਕ ਸਕਦਾ ਹੈ ਕਿ ਮਾਸੂਮ ਬੱਚੇ ਨੂੰ ਕਤਲ ਕਰ ਸਕਦਾ ਕੋਈ ਐਨੀ ਵੱਡੀ ਕੋਈ ਤੁਹਾਡੇ ਨਾਲ ਕੋਈ ਰੰਜਿਸ਼ ਕੋਈ ਹੈ ਕਿਸੇ ਦੀ ਕੋਈ ਨਹੀਂ ਜੀ ਕਿਸੇ ਦੀ ਅੱਜ ਤੱਕ ਨਹੀਂ ਪੂਰੇ ਇਸ ਇਲਾਕੇ ਵਿੱਚ ਕਿਸੇ ਬੰਦੇ ਨੂੰ ਬੰਦਾ ਪੁੱਛ ਲੈਂਦਾ ਪੂਰੇ ਪਿੰਡ ਵਿੱਚ ਵੀ ਇਹਨਾਂ ਦੀ ਕਿਸੇ ਨਾਲ ਦੁਸ਼ਮਣੀ ਹੋਵੇ ਕੋਈ ਖਾਰਵਾਜੀ ਹੋਵੇ ਜਾਂ ਕੋਈ ਐਸਾ ਕੋਈ ਜੀਵੀ ਦਾ ਮਕਾਲਤਾ ਹੋਵੇ ਕੋਈ ਗੱਲਬਾਤ ਹੋਵੇ ਕੋਈ ਕਿਸੇ ਕਿਸਮ ਦੀ ਸਾਡੀ ਦੁਸ਼ਮਣੀ ਨਹੀਂ ਹੈ ਕਿਸੇ ਨਾਲ पुलिस थोड़ा तो न तावन सही कर रही बिल्कुल करता पी नाजिन ये थे उनके दादा ये एक बहुत ही गरीब घराने घराना है कि ये मज़दूरदार बंदे हैं और इनका एक फूल सा बच्चा कत्ल कर दिया गया और मेरी भी हुकाम बाला से गुजारिश है कि इन्हें इंसाफ दिया जाए एक माँ की गोद उजाड़ दी गई मैं नाजिन जिस जगह वो बच्चे की लाश मिली मैं आपको वो भी जगह दिखाऊंगा हमारे साथ रहिएगा जी नाजिन मैं मौजूद हूँ उस जगह पे जब उसकी अली शान जो बच्चा कत्ल हुआ है उसकी वालिदा जो है उन्होंने बोला तीन बजे के जाओ बेटा बकरियाँ खोलो बकरियाँ बंदी होती थी इस जगह पे इस जगह पे बकरियाँ बंदी होती थी और पुलिस का कहना ये है कि जो बकुआ है जो बकुआ है जहाँ पे बच्चे को कत्ल किया गया वो ये बकुआ है उसकी जूती भी ये मेरे पीछे आप कमरा देख सकते हैं कि पीछे कमरे में जहाँ से उसकी जूती मिली है और उसके अलावा बच्चे की जो डेड बॉडी है वो इस दीवार के पीछे जो है वो जगह बनी है उसके वहाँ पे मिली और बच्चे का मुंह उल्टा पड़ा था बच्चा ठीक है उनके घर वालों का जो कहना है अपना बच्चे के, के जो हमें डेड बॉडी जब जा वहाँ जहाँ से हमें बच्चा मिला वो बच्चा जो है ना हमें वहाँ बाहर से मिला पुलिस का कहना यह है कि जो बच्चा कत्ल हुआ है वो यहाँ पे कत्ल हुआ है आइए मैं आपको वो भी जगह दिखाता हूँ जहाँ से बच्चे की डेड बॉडी मिली है जी नाजिन जैसे जो बच्चा अली शान है उसका घर वो पीछे है जहाँ पे उनकी रिहाइश है ये भी उन्हीं की जगह है और ये भी उन्हीं की जगह है जहाँ से डेड बॉडी मिली है और जो ये बिल्कुल ये जो जगह जहाँ पे मैं आपको थोड़ी देर पहले ये कमरा बता चुका हूँ कि ये कमरे में जहाँ पे उसकी जूती मिली है वहाँ पे एक चारपाई भी पड़ी हुई है और जो डेड बॉडी है वो ये बाहर से मिल रही है बिल्कुल इनके साथ जगह है ठीक है आ, मुझे भाजी मुझे ये बताइएगा कि जब बच्चे की डेड बॉडी बिल्कुल आपके घर के साथ से मिल रही है तो आपने कोई बच्चे की चीखों पुकार कुछ नहीं सुना नहीं भाई मैंने कोई चीखो पकड़ को नहीं सुना भाई मैं सुनती तो मैं जाती ना मैंने कोई आवाज़ नहीं सुनी भाई तो आपने जब पूरा गांव ढूंढा गांव वालों को तो ये कहना था सुबह से वो बच्चा देखा नहीं है ठीक है बच्चा तो बिल्कुल ये आपके बिल्कुल ये साथ ही है ये आप ही की जगह है आप ही की जगह है यहाँ से पीछे से वो अंदर से वो जूती मिल रही है बच्चे की डेड बॉडी ये बाहर से मिल रही है ठीक है तो ये बच्चे की डेड बॉडी जब मिली तब आप जब उनके वालिद को ही मिली जी भाई उनके वालिद बाहर से आ रहे थे भाई बाहर से आते उन्होंने देखा इधर लाश पड़ी इधर से बोरा आ रही थी जब उन्होंने देखा भाई अंधेरा था बच्चा पढ़ा था वो लेके घर आए हैं भाई तो भाई मेरे पैरों थोड़े जमीन गए अपना बच्चा देख के भाई भाई मैं तो पागल हो गई हूँ मुझे कोई क्या करूँ मैं क्या नहीं करूँ जी आ, मेरी बहन आप सब्र करें मैं इंशाल्लाह हमारी पूरी टीम जो है वो आपके साथ है जहाँ पे भी खड़ा होना पड़ेगा हम आपके दुख में बराबर के शरीक होंगे तो इन शाह जो है ना अल्लाह पाक वो ऊपर जो नीली छतरी वाला बैठा है वो इन शाह आपको उसके घर में दे रहे हैं देर है देर में इन शाला आपको इंसाफ मिलेगा ने ने ठीक है तो आप जो है ना बस अपने बच्चे की जो है कि गाँव वाले मौजूद हैं एक छोटा सा गाँव है सोलेपुर और गांव में कोई बंदा रहता है तो उसके किरदार का पूछना हो तो वो गांव में से पता लग जाता है हमारे साथ कुछ गांव वाले मौजूद हैं उनके हमसाए भी और ये उनके साथ दूसरे भी घरों वाले साथ पूरे गांव वाले मौजूद हैं आइए उनसे जानते हैं कि ये बच्चे के जब ये वकूवा हुआ ये बच्चे को सारा दिन उन्होंने देखा या नहीं देखा थोड़ा सा हमारे साथ जी वालेकुम वाईक सामी नाम है थोड़ा आरफ ਇਹ ਆਰਬ ਸਵਾਲ ਦੱਸਿਓ ਕਿ ਜਿਸ ਦਿਨ ਇਹ ਵਕੂਆ ਹੋਇਆ ਜਿਸ ਦਿਨ ਬੱਚਾ ਕਤਲ ਹੋਇਆ ਉਸ ਦਿਨ ਤੁਸੀਂ گاਉਂ ਦੇ ਵਿੱਚ ਮੌਜੂਦ ਬਿਲਕੁਲ ਅਸੀਂ گاਉਂ ਦੇ ਵਿੱਚ ਮੌਜੂਦ ਆਂ ਪਰ ਇਹ ਮਿਲਦੇ ਗਿਲਦੇ ਨੇ ਔਰ ਖਾਨਦਾਨ ਇਹਨਾਂ ਨੂੰ ਦਾਦੇ ਬਾਬੇ ਤੋਂ ਅਸੀਂ ਜਾਣਨੇ ਆ ਸ਼ਰੀਫ ਘਾਰ ਹੈ ਕਿਸੇ ਨਾਲ ਇਹਨਾਂ ਦੀ ਦਾਵਤ ਨਹੀਂ ਕਿਸੇ ਨਾਲ ساری ਜ਼ਿੰਦਗੀ ਕਿਉਂ 50 ਸਾਲ ਤੋਂ ਤੇ ਮੈਂ ਇਹਨਾਂ ਨੂੰ ਹੋਸ਼ ਸੰਭਾਲੀ ਹੈ ਤੇ 50 ਸਾਲਾਂ ਤੋਂ ਮੈਂ ਇਹਨਾਂ ਨੂੰ ਜਾਣਨਾ ਇਹਨਾਂ ਦੇ ਪਰਦਾਦੇ ਤੱਕ ਮੈਂ ਜਾਣਨਾ ਔਰ ਅੱਲਾਹ ਦੀ ਮਿਹਰਬਾਨੀ ਨਾ ਲੈਣਾ ਚ ਘਰ ਚ ਕੋਈ ਐਸਾ ਜੀ ਨਹੀਂ ਨਾ ਇਹ ਅੰਜ ਦੇ ਨੇ ਔਰ ਪੁਲਿਸ ਵੀ ਸਹੀ ਸਾਡੇ ਇਹਨਾਂ ਨਾਲ ਤਾਵਨ ਕਰਦੀ ਵੀ ਹੈ ਕੋਈ ਬਹੁਤ ਕੋਸ਼ਿਸ਼ ਪਿੰਡ ਦੇ ਲੋਕ ਵੀ ਬਹੁਤ ਕੋਸ਼ਿਸ਼ ਕਰਦੇ ਬੈ ਨੇ ਵੀ ਕੋਈ ਇਹਦਾ ਸਰਾਹ ਨਿਕਲੇ ਅਜੇ ਤੱਕ ਹਰ ਬੰਦਾ ਹੀ ਇਹ ਕੋਸ਼ਿਸ਼ ਕਰਦਾ ਪਿਆ ਵੀ ਇਸ ਚੀਜ਼ ਦਾ ਕੋਈ ਸਰਾਹ ਨਿਕਲੇ ਅਸੀਂ ਮੈਨੂੰ ਇਹ ਚੀਜ਼ ਦੱਸਿਓ ਕਿ ਐਸੇ ਪੂਰੇ ਪਿੰਡ ਦੇ ਵਿੱਚ ਕੋਈ ਕੈਮਰਾ ਵਗੈਰਾ ਨਹੀਂ ਲੱਗੇ ਤੇ ਨਹੀਂ ਕੈਮਰਾ ਸ਼ੈਮਰਾ ਕੋਈ ਨਹੀਂ ਲੱਗਾ ਦਾ ਦਰੂਨੀ ਕਿਸੇ ਦੇ ਘਰ ਨਾ ਹੋਏ ਕੋਈ ਛੋਟਾ ਮੋਟਾ ਲੱਗਾ ਦਾ ਬਾਕੀ ਕੁਛ ਨਹੀਂ ਅੱਛਾ ਤੇ ਇਹਨਾਂ ਦਾ ਇਹਨਾਂ ਦਾ ਜਿਹੜਾ ਬੇਟਾ ਹੈ ਇਹ ਸਾਰੀ ਧਾੜੀ ਵਿਚਾਰੇ ਕੰਮ ਤੇ ਹੁੰਦੇ ਨੇ ਇਹਨਾਂ ਦੇ ਘਰ ਦੇ ਬਕੌਲ ਦਾ ਮੁੰਡੇ ਦਾ ਜਿਹੜਾ ਨਾ ਉਹ ਆਪਣਾ ਚਾਟ ਗੁਲਗਲਿਆਂ ਵਾਲੀ ਰੇੜੀ ਲੰਦਾ ਹੈ ਰੋਜ਼ ਵਿਚਾਰਾ ਗਰੀਬ ਨਾ ਕਿਸੇ ਨਾਲ ਨਾ ਚੰਗੀ ਕੀਤੀ ਹੈ ਨਾ ਕਿਸੇ ਨਾਲ ਮਾੜੀ ਕੀਤੀ ਹੈ ਨਾ ਹੀ ਇਹਨਾਂ ਦੀ ਕਿਸੇ ਨਾਲ ਦੁਸ਼ਮਣੀ ਹੈ ਮਤਲਬ ਹੁੰਦਾ ਨਾ ਕਿਸੇ ਨਾਲ ਕੋਈ ਚੰਗੀ ਮਾੜੀ ਕੋ ਮਾਰਾ ਮੋਟਾ ਝਗੜਾ ਕੋਈ ਨਹੀਂ ਇਹਨਾਂ ਦਾ ਚੀਜ਼ ਨਾਲ ਲੈਣ ਦੇ ਕੋਈ ਇਹਨਾਂ ਦੇ ਘਰ ਵਿੱਚ ਜੀ ਕੋਈ ਮਤਲਬ ਹੈ ਪਾਗਲ ਨਹੀਂ ਕੋਈ ਮਤਲਬ ਕੋ ਐਸਾ ਮਸਲਾ ਨਹੀਂ ਕੋ ਮਹਲੇ ਚ ਪਾਗਲ ਇਹਦਾ ਦਿਮਾਗ ਨਾ ਕੰਮ ਕਰਦਾ ਰਹੋ ਵੀ ਕੋਈ ਐਸਾ ਜੀ ਨਹੀਂ ਕੋਈ ਸਮਝ ਨਹੀਂ ਆਉਂਦੀ ਵੀ ਕੀ ਹੈ ਤੁਸੀਂ ਕੀ ਸਮਝਦੋਗੇ ਫਿਰ ਐਦਾ ਵੱਡਾ ਵਕੂਆ ਹੋਰੋਂ ਆਣ ਕੇ ਕੋਈ ਛੁੱਟ ਕੇ ਗਿਆ ਕੋ ਅੱਗੂ ਪਿੱਛੂ ਕਿਸੇ ਨੇ ਕੰਮ ਕਰਕੇ ਤੇ ਫਿਰ ਨੇਰਾ ਬਿਜਲੀ ਟੁੱਟ ਗਈ ਹੈ ਤੇ ਇੱਥੇ ਛੁੱਟ ਗਿਆ ਐ ਵਜਾ जी नाजी गाँव वालों का कहना था कि इनके घर वाले बहुत नहायत ही शरीफ इंसान हैं मज़दूरदार हैं बहुत गरीब घराना है ये ये सारा दिन मज़दूरी करते हैं और उसी दिन भी ये सारा दिन मज़दूरी करके शाम को घर आए हैं और बच्चा की जो है ना वो गुमशुदगी की दे के वो बच्चे को ढूंढना शुरू कर दिया और एंड जो है बच्चे की जो डेड बॉडी है वो यहाँ से मिली लाइट आई है तो देखी है इधर से बाहर निकल रहे हैं ये इनके कोई जी चाहिए इधर गली से तो उन्होंने बोला ये पड़ा हुआ जी नाजिन आ, आ, जो है वो पुलिस की इन्वेस्टिगेशन अभी तक जारी है अभी इन्वेस्टिगेशन जो है वो जू ही कम्प्लीट होगी असल जगह तो है तो ये जैसा कि आप देख सकते हैं ये जगह थोड़ी सी बैठी भी हुई है ये जगह पे बच्चे की डेड बॉडी मिली है और ये जहाँ पे मैं थोड़ी देर पहले आपको बता रहा था जहाँ पे बकरियाँ बंदी हुई है यहाँ पे गाँव वालों का कहना था जब उनकी वालदा और उनके घर वालों ने जब बच्चे को ढूंढना शुरू किया तो गाँव वालों का कहना था कि हमने बच्चा सुबह से देखा ही नहीं कहीं ठीक है और पुलिस का कहना यह है कि जायब कुआ जो है जहाँ पे बच्चे की बच्चे को कत्ल किया गया वो ये कमरा है और जो घर वालों का कहना है कि हमने बच्चों की बच्चे की जो डेड बॉडी है वो यहाँ से उठाई है बच्चे का जो है ना वो उल्टा पड़ा था यहाँ पे वो बच्चा ठीक है इसके पीछे क्या काय है पुलिस इन्वेस्टिगेशन कर रही है जब यू ही इन्वेस्टिगेशन कंप्लीट होगी पुलिस जो है ना वो असल जो हकायक है वहाँ तक तब ही पता चल सकता है कि इसके पीछे असल हकायक क्या है कि बच्चे को अंदर कतल करके बाहर फेंका गया या बच्चा अंदर ही कतल किया गया इसके इन शाला तला हम अगली वीडियोज़ में ये भी आपके साथ शेयर करेंगे इसी के साथ सलमान मुगल को इजाज़त दीजिएगा अल्लाह हाफिज़